ਅੱਛਾ ਤੁਸੀਂ ਮਿਲ ਜਾਂਦਾ ਨਹੀਂ ਇੱਥੇ ਬੇਟੇ ਮਿਲ ਜਾਂਦਾ ਇੱਥੇ ਬੇਟੇ ਮਿਲ ਜਾਂਦਾ ਦਵਾਈ ਕਾਹਦੀ ਛੱਡਿਆ ਹੁਣ ਅੱਛਾ ਨਹੀਂ ਠੀਕ ਹੈ ਤਾਂ ਬਾਹਰ ਨਹੀਂ ਮਿਲਦਾ ਇੱਥੇ ਮਿਲਦਾ ਨਾ ਨਹੀਂ ਨਹੀਂ ਇੱਥੇ ਦਵਾਈ ਕਾਹਦੀ ਛੱਡਿਆ ਬੱਚੇ ਕਰੇ ਭੇਜੇ ਬਾਹਰ ਤੇ ਵਾਧੂ ਹੋਇਆ ਸਕਦਾ ਜੀ ਅੱਛਾ ਨਹੀਂ ਹੁਣ ਤੁਸੀਂ ਇੱਥੇ ਰਹਿਣ ਚਾਹੁੰਦੇ ਕਿ ਜਾਣਾ ਚਾਹੁੰਦੇ ਹੋ ਸਰ ਬਹੁਤ ਕੁੱਟਦੇ ਮਾਰਦੇ ਸੀ ਇੱਥੇ ਮੁੰਡਿਆਂ ਨੇ ਕੋਈ ਵਿੱਚ ਗੱਲ ਕੀਤੀ ਸੀਗੀ ਵੈਸੇ ਹੀ ਗੱਲਾਂ ਕਰਦੇ ਸੀਗੀ ਭੱਜਣ ਭਜਾਉਣ ਦੀਆਂ ਵੈਸੇ ਹੀ ਨੋਰਮਲ ਅਤੇ ਬਹੁਤ ਜ਼ਿਆਦਾ ਕੁੱਟਿਆ ਬੈਸ ਬੋਲਾਂ ਨਾਲ ਕੁੱਟਿਆ ਮੈਨੂੰ ਦੋ ਮਤਲਬ ਕਿ ਪੂਰੇ ਦੋ ਬੈਸ ਬੋਲ ਤੋੜੇ ਆ ਸਾਰੀ ਰਾਤ ਕੰਧ ਨਾਲ ਲਾ ਛੱਡਿਆ ਵਾ ਸੌਣ ਵੀ ਨਹੀਂ ਦਿੱਤਾ ਨਾ ਕੋਈ ਦਵਾਈ ਦਿੱਤੀ ਦੋ ਦਿਨ ਦਵਾਈ ਦਿੱਤੀ ਅਤੇ ਮੁੜ ਕੇ ਬਾਅਦ ਦੇ ਵਿੱਚ ਫੈਮਿਲੀ ਦੇ ਵਿੱਚ ਕਰ ਘੱਤਿਆ ਵਾ ਕੋਈ ਰਾਤ ਨੂੰ ਦਵਾਈ ਨਹੀਂ ਮਿਲਦੀ ਰੋਟੀ ਵੀ ਲੇਟ ਮਿਲਦੀ 1:30 ਵਜੇ ਜਾ ਕੇ ਰੋਟੀ ਆਉਂਦੀ ਸੀ ਮੈਡੀਸਨ ਦਵਾਈ ਸਾਰੇ ਟਰਮਾਡੋਲ ਗੋਲੀਆਂ ਦੇ ਦਿੰਦੇ ਇਸ ਤਰ੍ਹਾਂ ਦਵਾਈ ਲਿਆਉਂਦੇ ਫੜ ਕੇ ਐਂ ਸਿੱਧੀ ਮੂੰਹ 'ਚ ਅੰਦਰ ਸੁੱਟ ਦਿੰਦੇ ਪਤਾ ਨਹੀਂ ਲੱਗਦਾ ਵੀ ਕੀ ਦੇਤਾ ਕੀ ਨਹੀਂ ਦੇਤਾ ਕੈਦ ਕਰਕੇ ਰੱਖਿਆ ਗਿਆ ਪੂਰਾ ਉੱਥੇ ਹੈਗੇ 42-43 ਜਣੇ ਹੈਗੇ ਆ ਹਾਂਜੀ ₹70,000 ਲੈਂਦੇ 4 ਮਹੀਨਿਆਂ ਦਾ ਹਾਂਜੀ ਇਹ ਬਲਟੋਏ ਦੇ ਆ ਤਿੰਨੇ ਜਾਣੇ ਵਰਿਆਮ ਸਿੰਘ ਤੇ ਹੀਰਾ ਸਿੰਘ ਇੱਕ ਹੈਗਾ ਵਾ ਭੁੱਲਰ ਉਹਨੂੰ ਕਹਿੰਦੇ ਇਹਨਾਂ ਲੁੱਟ ਦਾ ਹੀ ਬਣਾਇਆ ਜੀ ਸਾਧਨ ਇੱਕ ਹਾਂਜੀ ਇੱਦਾਂ ਮੁੰਡਿਆਂ ਨੂੰ ਕੁੱਟਮਾਰ ਵੀ ਕਰਦੇ ਜੇ ਘਰ ਦੇ ਮਿਲਣ ਆਉਂਦੇ ਹੈ ਨਾ ਪਹਿਲਾਂ ਕਹਿ ਦਿੰਦੇ ਆ ਕਿ ਤੁਸੀਂ ਉਹਨਾਂ ਨੂੰ ਕਹਿ ਦਿਓ ਅਸੀਂ ਬੜੇ ਇੱਥੇ ਸੁਖੀ ਹਾਂ ਸਾਨੂੰ ਰੋਟੀ ਪਾਣੀ ਮਿਲਦਾ ਕੋਈ ਰੋਟੀ ਪਾਣੀ ਨਹੀਂ ਮਿਲਦਾ ਦਾਲ ਜਾਂ ਚੁੱਭੀ ਮਾਰਿਆ ਤਾਂ ਦਾਣਾ ਲੱਭਦਾ ਦਾਲ ਦਾ ਬਹੁਤ ਜ਼ਿਆਦਾ ਜਾਰੀ ਨਾਲ ਦਾ ਕੁੱਟਮਾਰ ਕਰਦੇ ਉੱਥੇ ਸੈਂਟਰ 'ਚ ਦਿੰਦੇ ਜੀ ਨਸ਼ੇ ਰਾਤ ਨੂੰ ਐਲਪ੍ਰੈਕਸਾਂ ਦੇ ਦਿੰਦੇ 10-10 ਨਾਲ ਟਰਾਮਾਡੋਲ ਦੀਆਂ ਗੋਲੀਆਂ ਐਸ ਆਰ ਓ ਪਾ ਦਿੰਦੇ ਰਾਤ ਨੂੰ ਸੁੱਤੇ ਰਹਿਣ ਗਰੁੱਪ ਬਣਾ ਕੇ ਸੈਂਟਰ ਨਾ ਭੰਨ ਕੇ ਤੋੜ ਕੇ ਭੱਜ ਜਾਣ ਰਾਤ ਨੂੰ ਨਸ਼ਾ ਪੂਰਾ ਮਿਲਦਾ ਉੱਥੇ ਸੈਂਟਰ 'ਚ ਵੀ ਹੈਗਾ ਜੀ ਨਸ਼ਾ ਜੀ ਹਾਂਜੀ ਹਾਂਜੀ ਲਗਾ ਕੇ ਰੱਖਦੇ ਹੋ ਜਦੋਂ ਉਹਨਾਂ ਨੂੰ ਪਤਾ ਲੱਗਦਾ ਬੈੱਲ ਵੱਜਦੀ ਨਸ਼ਾ ਪਹਿਲਾਂ ਲਗਾ ਦਿੰਦੇ ਹੋ ਕਿ ਨਾ ਅਗਲੀ ਦਾ ਬਾਹਰੋਂ ਕੋਈ ਰੇਡ ਕਰਨਾ ਪਹਿਲਾਂ 3-4 ਦਿਨ ਹੋ ਗਏ ਉਦੋਂ ਰੇਡ ਹੋਈ ਅਤੇ ਉਹ ਛੱਡ ਗਏ ਇਹਨਾਂ ਨੂੰ ਉਹ 3-4 ਜਣੇ ਆਏ ਸੀ ਜੀ ਸਿਵਲ 'ਚ ਉਹ ਛੱਡ ਗਏ ਇਹਨਾਂ ਨੂੰ ਅਤੇ ਸਾਰਾ ਨਸ਼ਾ ਮੁੜ ਕੇ ਲਗਾ ਦਿੰਦੇ ਹੈ ਗੈਰ ਕਾਨੂੰਨੀ ਜੀ ਧੱਕਾ ਬਹੁਤ ਹੁੰਦਾ 40 ਜਣੇ ਜੀ ਹਾਂਜੀ ਅਤੇ ਉਹ ਬਾਅਦ ਕਈਆਂ ਨੂੰ ਕੱਢ ਦਿੰਦੇ ਬਾਹਰ ਜੋ ਰੇਡ ਹੁੰਦੀ ਹੈ ਤੁਸੀਂ ਕਹਿ ਦਿਓ ਸਟਾਫ ਵਾਲੇ ਅਸੀਂ ਬਾਕੀ ਉਹਨਾਂ ਸਿਖਾ ਲਿਆ ਕਿ ਤੁਹਾਨੂੰ ਇੱਥੇ ਰਹੋ ਤੁਹਾਨੂੰ ਘਰੋਂ ਘਰ ਛੱਡ ਆਵਾਂਗੇ ਅਸੀਂ ਉਹਨਾਂ ਬਾਕੀ ਹੋਰ ਕਿਸੇ ਸੈਂਟਰ ਦਾਖਲ ਕਰ ਦੇਣੇ ਆ ਅਤੇ ਪੈਸੇ ਉਹਨਾਂ ਤੋਂ ਅੱਧੇ ਅੱਧੇ ਕਰੀ ਜਾਣੇ ਇਹਨਾਂ ਸਿਹਤ ਵਿਭਾਗ ਦੇ ਡਾਕਟਰ ਸਾਹਿਬ ਮੈਡਮ ਜਸਪਾਲ ਕੌਰ ਜੀ ਅਤੇ ਸਿਵਲ ਸਰਜਨ ਨਵਦੀਪ ਸਿੰਘ ਜੀ ਦੇ ਹੁਕਮ ਮੁਤਾਬਕ ਅੱਜ ਸਾਨੂੰ ਸਵੇਰੇ ਇਤਲਾਹ ਮਿਲੀ ਕੋਈ ਅਨਆਥੋਰਾਈਜ਼ ਇਲੀਗਲ ਜਿਹੜਾ ਕਿ ਰਜਿਸਟਰਡ ਸੈਂਟਰ ਨਹੀਂ ਹੈ ਸੇਵਾ ਸੈਂਟਰ ਜਾਂ ਨਸ਼ਾ ਸ਼ਰਾਬ ਸੈਂਟਰ ਉਹ ਚੱਲ ਰਿਹਾ ਹੈ ਅਸਲ ਉਤਾੜ ਦੇ ਵਿੱਚ ਉਹ ਫਿਰ ਅਸੀਂ ਉਹਨਾਂ ਵੱਲੋਂ ਗਠਿਤ ਕੀਤੀ ਗਈ ਟੀਮ ਜਿਹਦੇ ਵਿੱਚ ਮੈਂ ਡਾਕਟਰ ਗੁਰਪ੍ਰੀਤ ਰਾਏ SMO ਪੱਟੀ ਸਬਡੀਵਿਜ਼ਨਲ ਹਸਪਤਾਲ ਅਤੇ ਡਾਕਟਰ ਖੁਸ਼ਵਿੰਦਰ ਸਿੰਘ ਜੋ ਮਨੋਰੋਗ ਵਿਭਾਗ ਨੇ ਡਾਕਟਰ ਰਜਨੀਸ਼ ਜੀ ਮੈਡੀਕਲ ਵਿਭਾਗ ਦੇ ਮੁਖੀ ਅਤੇ ਵਿਜੇ ਵਿਨਾਇਕ ਜੀ ਜੋ ਕਿ ਡਰੱਗ ਦੇ ਫਾਰਮਾਸਿਸਟ ਨੇ ਉੱਥੇ ਉਸ ਉੱਤੇ ਆਧਾਰਿਤ ਟੀਮ ਅਸੀਂ ਨਾਲ ਥਾਣਾ ਬਲਟੋਹਾ ਤੋਂ
ਮੁਲਾਜ਼ਮ ਲੈ ਕੇ ਨਾਲ ਇੱਥੇ ਅੱਜ ਰੇਡ ਕੀਤਾ ਹੈ। ਇੱਥੇ ਪਾਇਆ ਗਿਆ ਹੈ ਕਿ ਇਹ ਸੈਂਟਰ ਅਨਰਜਿਸਟਰਡ ਹੈ ਅਤੇ ਇਹਨੇ ਸਿਰਫ ਪਿਛਲੇ 6 ਮਹੀਨਿਆਂ ਤੋਂ ਤਕਰੀਬ ਦੱਸਿਆ ਜਾ ਰਿਹਾ ਮਾਲਕ ਵੱਲੋਂ ਜਿਹੜੇ ਕਿ ਰਣਜੀਤ ਸਿੰਘ ਦੇ ਮਾਲਕ ਨੇ ਉਹ ਚਲਾ ਰਹੇ ਨੇ। ਇਹ ਬਿਲਕੁਲ ਗੈਰ ਕਾਨੂੰਨੀ ਹੈ ਅਤੇ ਇਸ ਨੂੰ ਅੱਜ ਕਾਰਵਾਈ ਕਰਦੇ ਹੋਏ ਹਾਂ। ਅਸੀਂ ਇਹ ਸੈਂਟਰ ਸੀਲ ਕਰ ਦਿੱਤਾ। ਸੀਲ ਕਰਨ ਉਪਰੰਤ ਅਸੀਂ ਜੋ ਵੀ ਇੱਥੇ 19 ਮਰੀਜ਼ ਜਾਂ ਸੇਵਾ ਸੈਂਟਰ ਵਿੱਚ ਹੈਗੇ ਸੀਗੇ ਨਸ਼ਾ ਛੱਡਣ ਵਾਲੇ ਬੱਚੇ ਜਿਨ੍ਹਾਂ 'ਚ ਸਾਰੇ ਹੀ ਮਰਦ ਨੇ, ਇਹਨਾਂ ਨੂੰ ਅਸੀਂ ਸਰਕਾਰੀ ਸੈਂਟਰ ਉੱਤੇ ਸ਼ਿਫਟ ਕੀਤਾ ਜਾ ਰਿਹਾ। ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਮਿਲਿਆ। ਇਹਨਾਂ ਕੋਲੋਂ ਇੱਕ ਲਾਇਸੈਂਸ ਅਪਲਾਈ ਕਰਨ ਦੀ ਇੱਕ ਐਪਲੀਕੇਸ਼ਨ ਲਾਈ ਹੋਈ ਇਹਨਾਂ ਨੇ, ਜੋ ਕਿ ਪਹਿਲੇ ਮਹੀਨੇ ਵਿੱਚ ਇਹਨੇ ਅਪਲਾਈ ਕੀਤਾ ਸੀਗਾ ਇਹਨਾਂ ਨੇ ਜਨਵਰੀ 'ਚ। ਵੀ ਤਕਰੀਬਨ ਇਹਨਾਂ ਨੇ ਦੱਸਣ ਮੁਤਾਬਕ ਅਤੇ ਹੋਰ ਇਤਲਾਹ ਮੁਤਾਬਕ ਤਕਰੀਬਨ 6 ਮਹੀਨੇ ਤੋਂ ਚੱਲ ਰਿਹਾ। ਇਹ ਮੈਡੀਸਨ ਲਈ ਇਹਨਾਂ ਨੇ ਕੋਈ ਡਾਕਟਰ ਰੱਖਿਆ ਕਿ ਜਿਹੜਾ ਕਿ ਆਉਂਦਾ ਵਿਜ਼ਿਟ ਕਰਦਾ ਹੈ, ਉਹ ਡਾਕਟਰ ਇੱਥੇ ਕੋਈ ਨਹੀਂ ਪਾਇਆ ਗਿਆ। ਹੋਰ ਵੀ ਕੋਈ ਕੁਆਲੀਫਾਈਡ ਸਟਾਫ ਇੱਥੋਂ ਨਹੀਂ ਪਾਇਆ ਗਿਆ ਜਿਹੜਾ ਕਿ ਸੈਂਟਰ ਚਲਾ ਸਕੇ। ਅਗਲੀ ਹੁਣ ਕਾਰਵਾਈ ਇਹ ਵੀ ਸੀਲ ਕਰਨ ਉਪਰੰਤ ਅਸੀਂ ਕਾਰਵਾਈ ਰਿਪੋਰਟ ਆਪਣੀ ਹਾਇਰ ਅਥਾਰਟੀ ਨੂੰ ਦੇਵਾਂਗੇ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।